ਖਬਰ ਤਰਨ ਤਾਰਨ ਤੋਂ ਜਿੱਥੋਂ ਦੇ ਪਿੰਡ ਸਰਹਾਲੀ ਕਲਾਂ ਦੇ ਵਿੱਚ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਕਤਲ ਕੇਸ ਵਿੱਚ ਭਗੌੜੇ ਤਿੰਨ ਬਦਮਾਸ਼ਾਂ ਨੇ ਘਰ ਦੇ ਵਿੱਚ ਵੜ ਕੇ ਭੰਨਤੋੜ ਕੀਤੀ ਹੈ ਤੇ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਹੈ ਤੇ ਪਰਿਵਾਰ ਦੇ ਨੇ ਹੁਣ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਤਰਨ ਤਾਰਨ ਦੇ ਵਿੱਚ ਕਤਲ ਦੇ ਮਾਮਲੇ ਵਿੱਚ ਭਗੌੜੇ ਤਿੰਨ ਬਦਮਾਸ਼ਾਂ ਦੀ ਗੁੰਡਾਗਰਦੀ ਦਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ ਦੇ ਘਰ ਦੇ ਵਿੱਚ ਇਹਨਾਂ ਨੇ ਹਮਲਾ ਕਰ ਦਿੱਤਾ ਅਤੇ ਘਰ ਵਿੱਚ ਵੜ ਕੇ ਜੰਮ ਕੇ ਤੋੜ ਭੰਨ ਕੀਤੀ। ਵਾਰਦਾਤ ਨੂੰ ਜਦੋਂ ਬਦਮਾਸ਼ਾਂ ਵੱਲੋਂ ਅੰਜਾਮ ਦਿੱਤਾ ਗਿਆ ਉਸ ਸਮੇਂ ਘਰ ਵਿੱਚ ਸਿਰਫ ਔਰਤਾਂ ਹੀ ਸਨ। ਇਸ ਦੌਰਾਨ ਜਿੱਥੇ ਬਦਮਾਸ਼ਾਂ ਨੇ ਘਰ ਵਿੱਚ ਤੋੜ ਭੰਨ ਕੀਤੀ ਉੱਥੇ ਹੀ ਔਰਤਾਂ ਦੇ ਨਾਲ ਬਦਸਲੂਕੀ ਵੀ ਕੀਤੀ ਅਤੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਮੁਤਾਬਕ ਨਜ਼ਦੀਕੀ ਪਿੰਡ ਠੱਠਾ ਦੇ ਜਰਮਨਜੀਤ ਸਿੰਘ ਸੁਖਰਾਜ ਨੇ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਰਿਸ਼ਤੇਦਾਰ ਦਾ 2014 ਵਿੱਚ ਕਤਲ ਕਰ ਦਿੱਤਾ ਸੀ ਜਿਸ ਵਿੱਚ ਇਹ ਤਿੰਨੇ ਪਕੌੜੇ ਨੇ ਅਤੇ ਇਹਨਾਂ ਖਿਲਾਫ ਪੀੜਤ ਪਰਿਵਾਰ ਵੱਲੋਂ ਗਵਾਹੀ ਦਿੱਤੀ ਗਈ ਸੀ ਜਿਸ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਘਰ ਵਿੱਚ ਆ ਕੇ ਭੰਨਤੋੜ ਕੀਤੀ ਗਈ। ਮਤਲਬ ਚਾਰ ਬੰਦੇ ਅੰਦਰ ਐਂਟਰ ਹੋਇਆ, ਪਹਿਲਾਂ ਉਹਨਾਂ ਨੇ ਸਾਡਾ ਦਰਵਾਜ਼ਾ ਖੜਕਾਇਆ ਜਿਹੜਾ ਮੇਨ ਦਰਵਾਜ਼ਾ, ਚਾਰ ਬੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਸੀ ਜਰਮਨਜੀਤ, ਇੱਕ ਹੈਗਾ ਸੀਗਾ ਸੁਖਰਾਜ, ਇੱਕ ਉਦੇ ਸੀਗਾ ਤੇ ਜਿਹੜਾ ਚੌਥਾ ਬੰਦਾ ਉਹਦਾ ਨਾਂ ਹੀ ਸੰਦੀਪ। ਇਹ ਜਿਹੜਾ ਸਾਰਾ ਉਹਨਾਂ ਨਾਲ ਸਾਡੀ ਜਿਹੜੀ ਦੁਸ਼ਮਣੀ ਪਈ ਆ, ਇਹ ਮਤਲਬ ਮੇਰਾ ਕਜ਼ਨ ਹੀ ਲੱਗਦਾ, ਸਾਡੀ ਭੂਆਈ ਦਾ ਬੇਟਾ ਵਾ, 2014 ਦੇ ਵਿੱਚ ਉਹਦਾ ਕਤਲ ਕੀਤਾ ਵਾ ਇਹਨਾਂ ਨੇ ਸਭ ਤੋਂ ਪਹਿਲਾਂ। ਉਹਦੇ ਵਿੱਚ ਮੇਰੇ ਸਹੁਰਾ ਸਾਹਿਬ ਤੇ ਜਿਹੜੇ ਸਾਡੇ ਵੱਡੇ ਭਾਜੀ ਆ ਉਹਨਾਂ ਦੀ ਗਵਾਹੀ ਆ। ਇਸ ਚੱਕਰ ਚ ਉਹਨਾਂ ਸਾਨੂੰ ਹੁਣ ਡਰਾਉਣ ਧਮਕਾਉਣ ਵਾਸਤੇ ਸਾਰੇ ਮਤਲਬ ਘਰੇ ਆਣ ਕੇ ਪਏ ਆ, ਬੁੱਢੀਆਂ ਬੰਦਿਆਂ ਸਾਰਿਆਂ ਨੂੰ ਮਤਲਬ ਉਹਨਾਂ ਨੇ ਡਰਾਇਆ ਧਮਕਾਇਆ ਵਾ ਤੇ ਉਹ ਸਾਨੂੰ ਮਤਲਬ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਉਧਰ ਜਾਣਕਾਰੀ ਮਿਲਦਿਆਂ ਹੀ ਐਸਪੀ ਇਨਵੈਸਟੀਗੇਸ਼ਨ ਤਿਲਕਰਾਜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮੈਂ ਸੁਖਦੀਪ ਸਿੰਘ ਦੇ ਘਰੇ ਆਇਆ ਜਿਨ੍ਹਾਂ ਨੇ ਰਾਤ ਦੱਸਿਆ ਵੀ ਕੁਝ ਖਾਣ ਪਛਾਤੇ ਬੰਦੇ ਤੇ ਚਾਰ ਬੰਦੇ ਨੋਨ ਟੂ ਹੈ ਜਿਨ੍ਹਾਂ ਦੇ ਨਾਂ ਦੱਸਿਆ ਉਹਨਾਂ ਨੇ ਵੀ ਸਾਡੇ ਘਰ ਆਏ, ਸਾਡੇ ਘਰ ਦੀ ਕਾਫੀ ਭੰਨਤੋੜ ਕੀਤੀ, ਜਿਨ੍ਹਾਂ ਦੇ ਵਿੰਡੋ ਦੇ ਸ਼ੀਸ਼ੇ ਤੋੜ ਦਿੱਤੇ ਹੈ, ਹੋਰ ਕੋਈ ਵਾਸ਼ ਪੇਸ਼ਨ ਵਗੈਰਾ ਕਾਫੀ ਨੁਕਸਾਨ ਕੀਤਾ, ਜਿਨ੍ਹਾਂ ਨੇ ਦੱਸਿਆ ਵੀ ਸਾਡੀ ਲੇਡੀ ਦੇ ਵੀ ਸੱਟਾਂ ਲੱਗੀਆਂ। ਘਰ ਵਾਲੇ ਮੁਤਾਬਕ ਉਹਨਾਂ ਦੇ ਘਰ ਵਿੱਚ ਕਿਸੇ ਮਰਦ ਮੈਂਬਰ ਨੂੰ ਬਦਮਾਸ਼ ਜਾਨੋ ਮਾਰਨਾ ਚਾਹੁੰਦੇ ਸਨ, ਪਰ ਖੁਸ਼ਕਿਸਮਤ ਇਹ ਰਹੀ ਕਿ ਘਟਨਾ ਸਮੇਂ ਕੋਈ ਵੀ ਪੁਰਸ਼ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ। ਪਰਿਵਾਰ ਵਾਲੇ ਨੇ ਪੁਲਿਸ ਕੋਲੋਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ। ਮਨੀਸ਼ ਸ਼ਰਮਾ, ਜ਼ੀ ਮੀਡੀਆ, ਤਰਨ ਤਾਰਨ।